ਇਨੀ ਦਿਨੀ ਜਿੱਥੇ ਲੋਕ ਸਭਾ ਚੋਣਾਂ 2019 ਨੇ ਭਾਰਤ ਦੇਸ਼ ਦੀ ਸਿਆਸਤ ਨੂੰ ਗਰਮਾਇਆ ਹੋਇਆ ਉੱਥੇ ਹੀ ਸੱਤ ਪੜਾਵਾਂ ਵਿੱਚ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਦੌਰਾਨ ਕੁਝ ਰੋਚਕ ਅਤੇ ਹੈਰਾਨੀਜਨਕ ਤੱਥ ਨਿਕਲ ਕੇ ਸਾਹਮਣੇ ਆਏ ਨੇ। ਜੀ ਹਾਂ, ਮਰਦਮਸ਼ੁਮਾਰੀ ਦੇ ਅੰਕੜਿਆਂ ਅਤੇ ਆਬਾਦੀ ਵਾਧੇ ਦੀ ਦਰ ਮੁਤਾਬਕ ਚੋਣ ਕਮਿਸ਼ਨ ਪੰਜਾਬ ਨੇ ਮੰਨਿਆ ਸੀ ਕਿ 1 ਜਨਵਰੀ 2019 ਤੱਕ 9 ਲੱਖ ਦੇ ਕਰੀਬ ਨਵੇਂ ਵੋਟਰ ਬਣਨੇ ਚਾਹੀਦੇ ਨੇ, ਜਿਨ੍ਹਾਂ ਵਿੱਚੋਂ 18 ਤੋਂ 19 ਸਾਲ ਤੱਕ ਲੜਕੇ ਲੜਕੀਆਂ ਸ਼ਾਮਲ ਹੋਣਗੇ, ਜੋ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ। ਪਰ ਜਦੋਂ 1 ਜਨਵਰੀ ਤੱਕ ਇਸ ਗਰੁੱਪ ਦੇ ਵੋਟਰਾਂ ਵਿੱਚੋਂ ਮਹਿਜ 2,56,887 ਵੋਟਾਂ ਹੀ ਬਣੀਆਂ, ਤਾਂ ਫਿਰ ਚੋਣ ਕਮਿਸ਼ਨ ਵੱਲੋਂ ਬਾਕੀ ਰਹੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਯੂਨੀਵਰਸਿਟੀਆਂ ਕਾਲਜਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ। ਵੋਟ ਬਣਾਉਣ ਲਈ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਦੇ ਨਾਲ ਨਾਲ ਵੋਟ ਬਣਾਉਣ ਦੀ ਅੰਤਿਮ ਤਾਰੀਕ ਵਧਾ ਕੇ 19 ਅਪ੍ਰੈਲ ਤੱਕ ਕਰ ਦਿੱਤੀ ਗਈ। ਪਰ ਫਿਰ ਵੀ ਹੁਣ ਤੱਕ ਇਸ ਗਰੁੱਪ ਵਿੱਚੋਂ 3,94,780 ਨੌਜਵਾਨਾਂ ਨੇ ਹੀ ਆਪਣੀ ਵੋਟ ਬਣਵਾਈ, ਭਾਵ ਪੰਜਾਬ ਦੇ 5 ਲੱਖ ਦੇ ਕਰੀਬ ਨੌਜਵਾਨ ਭਾਰਤ ਦੀ ਨਵੀਂ ਬਣਨ ਵਾਲੀ ਸਰਕਾਰ ਬਾਰੇ ਵੋਟ ਰਾਹੀਂ ਆਪਣੀ ਰਾਏ ਜਾਰੀ ਨਹੀਂ ਕਰ ਸਕਣਗੇ। ਸੋ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਕੀਤੇ ਗਏ ਇਨ੍ਹਾਂ ਉਪਰਾਲਿਆਂ ਦੇ ਵਧੀਆ ਨਤੀਜੇ ਨਾ ਨਿਕਲਣ ਕਾਰਨ ਮਾਹਿਰਾਂ ਦਾ ਮੰਨਣਾ ਹੈ ਕਿ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਬੁਲਾਰਿਆਂ ਤੋਂ ਨੌਜਵਾਨਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਕੋਈ ਵੀ ਰਾਜਨੀਤਿਕ ਪਾਰਟੀ ਲੋਕਾਂ ਦੇ ਮੁੱਦਿਆਂ ਲਈ ਗੰਭੀਰ ਨਹੀਂ ਨਜ਼ਰ ਆ ਰਹੀ ਅਤੇ ਨੌਜਵਾਨਾਂ ਸਮੇਤ ਆਮ ਲੋਕਾਂ ਦੇ ਵੀ ਸਮਝ ਨਹੀਂ ਆਉਂਦਾ ਕਿ ਉਹ ਵੋਟ ਕਿਸ ਨੂੰ ਪਾਉਣ। ਨਿਰਾਸ਼ਾ ਦੇ ਇਸ ਆਲਮ ਵਿੱਚ ਨੌਜਵਾਨ ਵਰਗ ਵੋਟ ਬਣਾਉਣ ਵਿੱਚ ਵੀ ਕੋਈ ਦਿਲਚਸਪੀ ਨਹੀਂ ਰੱਖਦਾ ਨਜ਼ਰ ਆ ਰਿਹਾ, ਜੋ ਕਿ ਲੋਕਤਾਂਤਰਿਕ ਦੇਸ਼ ਦੇ ਲਈ ਚਿੰਤਾ ਦਾ ਵਿਸ਼ਾ ਹੈ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।